ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿਛਲੀ ਵੀਡੀਓ ਅਸੀਂ ਡਿਸਕਸ ਕੀਤਾ ਸੀ ਜੀ ਵਿਚਾਰ ਕੀਤਾ ਸੀ ਬਾਣੇ ਬਾਰੇ ਕਿ ਬਾਣੇ ਤੇ ਕਸ਼ਹਰੇ ਦੇ ਬਾਰੇ ਗੱਲ ਵੀ ਕੀਤੀ ਸੀ ਆਪਾਂ ਹਜੂਰੀ ਦੇ ਬਾਰੇ ਗੱਲ ਵੀ ਕੀਤੀ ਸੀ ਕਮਰ ਕਸੇ ਬਾਰੇ ਵੀ ਗੱਲ ਕੀਤੀ ਸੀ ਦਮਾਲਾ ਸਾਹਿਬ ਬਾਰੇ ਵੀ ਗੱਲ ਕੀਤੀ ਸੀ ਆਪਾਂ ਕੰਟੀਨਿਊ ਕਰਾਂਗੇ ਉਹ ਗੱਲ ਤੇ ਅੱਜ ਉਹ ਹੁਣ ਸਟਾਰਟ ਕਰਦੇ ਆ ਜੀ ਆਪਾਂ ਸ਼ਿੰਗਾਰ ਤੋਂ ਸਟਾਰਟ ਕਰਦੇ ਆ ਅੱਜ ਤੁਸੀਂ ਦੇਖਦੇ ਹੋ ਜੀ ਸ਼ਿੰਗਾਰ ਜਿਹੜਾ ਹੈਗਾ ਇਹ ਆਪਣਾ ਕੋਈ ਪ੍ਰਾਤਨ ਸ਼ਸਤਰ ਨਹੀਂ ਹੈ ਸ਼ਸਤਰ ਨਹੀਂ ਹੈ ਇਹ ਆਪਾਂ ਸ਼ਿੰਗਾਰ ਲਈ ਇਹਦਾ ਨਾਈ ਸ਼ਿੰਗਾਰ ਹੈ ਸੋ ਆਪਾਂ ਇਹਨੂੰ ਸ਼ਿੰਗਾਰ ਲਈ ਯੂਜ਼ ਕਰਦੇ ਆ ਇਹਨੂੰ ਦਮਾਲੇ ਦੇ ਇੱਥੇ ਆਪਾਂ ਫਸਾਨੇ ਆ ਜਿਹੜਾ ਇਹਨੂੰ ਫਸਾਨੇ ਆ ਆਪਾਂ ਤੇ ਫੇਰੇ ਸ਼ਿੰਗਾਰ ਵਾਂਗ ਹੀ ਹੁੰਦਾ ਤੇ ਦਮਾਲੇ ਤੇ ਸੋਭਦਾ ਬੜਾ ਆ ਤੁਸੀਂ ਸੋ ਇਹਦਾ ਨਾਈ ਸ਼ਿੰਗਾਰ ਹੈ ਸੋ ਦਮਾਲੇ ਸਾਹਿਬ ਨੂੰ ਸ਼ਿੰਗਾਰਨ ਲਈ ਹੈ ਜਿਹੜਾ ਹੈਗਾ ਵਰਤੋਂ ਕੀਤੀ ਜਾਂਦੀ ਹੈ ਇਹਦੀ ਇਨੂੰ ਦਮਾਲਾ ਸਾਹਿਬ 'ਚ ਸਜਾਇਆ ਜਾਂਦਾ ਹੈ ਇਹ ਜਿਹੜਾ ਦੰਦ ਤੁਸੀਂ ਦੇਖ ਸਕਦੇ ਹੋ ਜੀ ਆਹ ਇਹਨੂੰ ਦਮਾਲਾ ਸਾਹਿਬ 'ਚ ਸਜਾਇਆ ਜਾਂਦਾ ਹੈ ਸੋ ਸ਼ਿੰਗਾਰਨ ਲਈ ਸਿੰਘ ਮੋਰ ਪੰਖ ਲਾਉਂਦੇ ਆ ਸ਼ਿੰਗਾਰ ਵੀ ਲਾਉਂਦੇ ਆ ਦੋਨੋਂ ਚੀਜ਼ਾਂ ਲਾਈ ਜਾਂਦੀਆਂ ਐ ਜੀ ਸਜਾਈ ਜਾਂਦੀਆਂ ਦੋਨੋਂ ਚੀਜ਼ਾਂ ਦਮਾਲਾ ਸਾਹਿਬ ਨੂੰ ਸ਼ਿੰਗਾਰਨ ਲਈ ਕਿਉਂਕਿ ਗੁਰੂ ਸਾਹਿਬ ਦਾ ਬਖਸ਼ਾ ਹੈ ਦਮਾਲਾ ਤੇ ਗੁਰੂ ਸਾਹਿਬ ਨੇ ਸਜਾਣ ਲਈ ਕਿਹਾ ਇਹ ਜਿਹੜਾ ਹੈਗਾ ਸ਼ਸਤਰ ਨਹੀਂ ਹੈਗਾ ਇਹ ਸ਼ਿੰਗਾਰ ਲਈ ਹੁੰਦਾ ਹੈ ਦਮਾਲਾ ਸਾਹਿਬ 'ਚ ਤੇ ਮੋਰ ਪੰਖ ਵੀ ਲਾਉਂਦੇ ਆ ਤੇ ਫਿਰ ਬਾਬਾ ਫਤਿਹ ਸਿੰਘ ਜੀ ਦਾ ਜਿਹੜਾ ਹੈਗਾ ਦਮਾਲਾ ਬਖਸ਼ਾ ਹੋਇਆ ਤੁਸੀਂ ਸ਼ਲੋਕ ਦਮਾਲੇ ਦਾ ਸੁਣਿਆ ਹੋਣਾ ਸ਼ਲੋਕ ਦਮਾਲੇ ਦਾ ਸ਼ਲੋਕ ਪਤ ਰਾਖੀ ਗੁਰਪਾਰ ਬ੍ਰਹਮ ਤਜ ਪਰਪੰਚਮੋਹ ਵਿਕਾਰ ਨਾਨਕ ਸਉ ਅਰਾਧੀ ਅੰਤਨ ਪਰਾਵਾਰ ਸਜਾਇ ਜੋ ਦਮਾਲਾ ਛੁੱਟਾ ਖੂਬ ਫਰਰਾ ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲਾ ਗੋਤੌਰ ਜੈਸਾ ਪੰਥ ਐਸਾ ਮੁਖਤੇ ਅਲਾਇਆ ਸੋ ਫਿਰ ਗੁਰੂ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਸੀਗਾ ਜੀ ਫਤਿਹ ਸਿੰਘ ਜੀ ਨੂੰ ਕਿਹਾ ਸੀਗਾ ਚੱਲੇ ਗੋ ਤੌਰ ਜੈਸਾ ਪੰਥ ਆਸਮੁਖਤੇ ਅਲਾਇਆ ਸੋ ਚੱਲੇ ਗੋ ਤੌਰ ਜੈਸਾ ਪੰਥ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਫਤਿਹ ਸਿੰਘ ਜੀ ਤੁਹਾਡਾ ਇਹ ਪੰਥ ਚੱਲੇਗਾ ਦੁਮਾਲਿਆਂ ਵਾਲਾ ਪੰਥ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੁੱਖ ਤੋਂ ਫਰਮਾਇਆ ਸੀ ਉਸ ਟਾਈਮ ਚੱਲੇ ਗੋ ਤੌਰ ਜੈਸਾ ਪੰਥ ਐਸਾ ਮੁਖ ਤੇ ਅਲਾਇਆ ਸੋ ਇਹ ਜਿਹੜੀ ਹੈਗੀ ਦੁਮਾਲੇ ਦੀ ਹਿਸਟਰੀ ਹੈਗੀ ਹੈ ਜੀ ਦੁਮਾਲਾ ਸਾਹਿਬ ਸਾਨੂੰ ਬਾਬਾ ਫਤਿਹ ਸਿੰਘ ਜੀ ਨੇ ਬਖਸ਼ਿਆ ਹੈ ਬਾਬਾ ਫਤਿਹ ਸਿੰਘ ਜੀ ਦਾ ਦੁਮਾਲਾ ਬਾਬਾ ਫਤਿਹ ਸਿੰਘ ਜੀ ਨੇ ਸਜਾਇਆ ਸੀ ਸੋ ਅਸੀਂ ਵੀ ਇਸ ਦੁਮਾਲਾ ਸਜਾਣਾ ਹੈਗਾ ਤਾਂ ਫਿਰ ਸਿੰਘ ਸਜਾਣ ਲਈ ਸ਼ਿੰਗਾਰ ਲਾਉਂਦੇ ਆਂ ਤੇ ਮੋਰ ਪੰਖ ਵੀ ਸਜਾਣ ਲਈ ਹੀ ਲਾਉਂਦੇ ਆਂ ਹੁਣ ਆਪਾਂ ਆਨਿਆ ਜੀ ਆਹ ਦੇਖ ਸਕਦੇ ਤੁਸੀਂ ਆਹ ਚੰਨ ਹੈਗਾ ਜੀ ਇਹਦਾ ਜਿਹੜਾ ਕੰਬੀਨੇਸ਼ਨ ਹੁੰਦਾ ਚੰਨ ਤੋੜਾ ਆਹ ਤੋੜਾ ਹੁਣ ਤਾਂ ਤੋੜੇ ਆਂ ਕੀ ਕਹਿੰਦੇ ਨੋਤਾ ਅੱਗੇ ਵਾਲੇ ਆਨ ਲੱਗ ਗਏ ਤੇ ਹੁਣ ਕੁਝ ਪਲਾਸਟਿਕ ਟਾਈਪ ਦੇ ਵੀ ਮਟੀਰੀਅਲ ਤੋਂ ਬਣਦੇ ਆਂ ਪਹਿਲੇ ਦੇ ਟਾਈਮ 'ਚ ਜਿਹੜਾ ਹੁੰਦਾ ਸੀ ਲੋਹੇ ਦੀਆਂ ਤਾਰੇ ਵਾਲੇ ਤਾਰਾਂ ਵਾਲੇ ਤੋੜੇ ਹੁੰਦੇ ਤੋੜੇ ਹੁੰਦੇ ਸੀ ਹਾਂਜੀ ਤੇ ਇੱਥੇ ਤੁਸੀਂ ਦੇਖ ਸਕਦੇ ਜੀ ਆ ਹੁੱਕ ਜੀ ਲੱਗੀ ਹੋਈ ਐ ਪਹਿਲੇ ਦੇ ਟਾਈਮ 'ਚ ਕੀ ਹੁੰਦਾ ਸੀ ਜਿਹੜੇ ਆਪਣੇ ਤੋੜੇ ਹੁੰਦੇ ਸੀਗੇ ਤਾਰਾਂ ਵਾਲੇ ਲੋਹੇ ਦੀ ਤਾਰਾਂ ਵਾਲੇ ਉਹਨੂੰ ਤਰੀਕੇ ਨਾਲ ਇੱਕ ਟੈਕਨੀਕ ਨਾਲ ਜਿਹੜਾ ਹੈਗਾ ਚਾਨ ਨਾਲ ਸਜਾਇਆ ਜਾਂਦਾ ਸੀਗਾ ਉਸ ਟਾਈਮ 'ਤੇ ਹੁੱਕ ਨਹੀਂ ਹੁੰਦੀ ਸੀ ਹੁਣ ਤਾਂ ਲੋਕ ਜਿਹੜੇ ਹੈਗੇ ਐ ਉਹਨੂੰ ਐਦਾਂ ਕਰਕੇ ਸਿੱਧਾ ਲਾ ਲੈਂਦੇ ਆ ਹੁੱਕ ਨਾਲੀ ਪਰ ਉਹ ਜਿਹੜਾ ਤੋੜਾ ਹੁੰਦਾ ਸੀਗਾ ਨਾ ਲੋਹੇ ਦਾ ਉਹ ਵਾਰ ਵੀ ਰੋਕਦਾ ਸੀਗਾ ਦਮਾਲਾ ਸਾਹਿਬ ਨੂੰ ਟਾਈਟ ਕਰਕੇ ਰੱਖਦਾ ਸੀਗਾ ਜਦੋਂ ਕਿਰਪਾਨ ਦਾ ਵਾਰ ਆਉਂਦਾ ਸੀਗਾ ਨਾ ਤਾਂ ਉਹ ਫਿਰ ਰੋਕ ਲਿੰਦਾ ਸੀਗਾ ਮਤਲਬ ਬਚਾਅ ਕਰਦਾ ਸੀ ਉਹ ਵਾਰ ਦਾ ਤੇ ਜਿਹੜੇ ਚੰਨ ਹੁੰਦੇ ਸੀ ਆ ਦਮਾਲਾ ਸਾਹਿਬ ਦੇ ਸੋਬ ਦੇ ਵੀ ਬੜੇ ਸੀਗੇ ਹੁਣ ਤਾਂ ਇਹ ਜਿਹੜੇ ਆ ਗਏ ਆਣ ਲੱਗ ਗਏ ਏਦਾਂ ਦੇ ਤੋੜੇ ਡੋਰੀਆਂ ਵਾਲੇ ਤੇ ਪਲਾਸਟਿਕ ਮਟੀਰੀਅਲ ਟਾਈਪ ਦੇ ਤੋੜੇ ਆਣ ਲੱਗ ਗਏ ਪਰ ਪਹਿਲੇ ਦੇ ਟਾਈਮ 'ਚ ਜਿਹੜੇ ਹੁੰਦੇ ਸੀਗੇ ਉਹ ਲੋਹੇ ਦੀਆਂ ਤਾਰਾਂ ਵਾਲੇ ਤੋੜੇ ਹੁੰਦੇ ਸੀਗੇ ਤੇ ਇਹਨਾਂ ਦਾ ਜਿਆਦਾ ਕੋਈ ਫਾਇਦਾ ਹੈ ਨਹੀਂ ਇਹ ਦਮਾਲੇ ਨੂੰ ਤੁਹਾਡੇ ਟਾਈਟ ਕਰ ਸਕਦੇ ਆ ਪਰ ਅਗਰ ਕਿਰਪਾਨ ਦਾ ਵਾਰ ਹੋਏਗਾ ਤਾਂ ਇਹ ਉਹ ਦਮਾਲੇ ਨੂੰ ਨਹੀਂ ਬਚਾ ਸਕਦੇ ਤੇ ਅੰਨਿਆ ਜੀ ਆਹ ਵੇਖੋ ਜੀ ਇਹ ਜਿਹੜੇ ਹੈਗਾ ਚੱਕਰ ਨੇ ਛੋਟੇ ਇਹ ਛੋਟੇ ਚੱਕਰ ਨੇ ਤੇ ਹੁਣ ਇਹ ਜਿਹੜਾ ਹੈਗਾ ਵੱਡਾ ਚੱਕਰ ਹੈ ਤੇ ਤੁਸੀਂ ਦੇਖਿਆ ਹੋਵੇਗਾ ਪੁਰਾਣੇ ਅਗਰ ਤੁਸੀਂ ਫੋਟੋਆਂ ਦੇਖਿਆ ਹੋਣਗੀਆਂ ਸਿੰਘਾਂ ਦੀਆਂ ਤਾਂ ਤੁਸੀਂ ਦੇਖਿਆ ਹੋਵੇਗਾ ਦਮਾਲਾ ਸਾਹਿਬ ਜਿਹੜਾ ਹੁੰਦਾ ਸੀ ਨਾ ਸਿੰਘਾਂ ਦਾ ਉਹ ਪੂਰਾ ਸ਼ਸਤਰ ਨਾਲ ਭਰਿਆ ਹੁੰਦਾ ਸੀਗਾ ਅਤੇ ਤੋੜੇ ਵੀ ਲੱਗੇ ਹੁੰਦੇ ਸੀ ਸੰਜੋਹ ਵੀ ਹੁੰਦੀ ਸੀ ਚੱਕਰ ਵੀ ਹੁੰਦੇ ਸੀਗੇ ਤਾਂ ਲੋਹੀ ਦਿਖਦਾ ਸੀ ਦਮਾਲੇ ਦੇ ਆਲੇ-ਦੁਆਲੇ ਤਾਂ ਵਾਰ ਜਿਹੜਾ ਹੁੰਦਾ ਸੀ ਕਿਰਪਾਨ ਦਾ ਰੁਕਦਾ ਸੀ ਹੁਣ ਜਿਹੜਾ ਤੋੜਾ ਹੁੰਦਾ ਸੀ ਲੋਹੇ ਦੀ ਤਾਰਾਂ ਵਾਲਾ ਸੰਜੋਹ ਹੁੰਦੀ ਸੀ ਲੋਹੇ ਦੀ ਆ ਚੱਕਰ ਹੁੰਦੇ ਸੀਗੇ ਜਿੱਦਾਂ ਆ ਦੇਖੋ ਦੋ ਚੱਕਰ ਨੇ ਹੁਣ ਵੱਡੇ ਚੱਕਰ ਹੁੰਦੇ ਆ ਸਿੰਘਾਂ ਦੇ ਦਮਾਲੇ ਜਿਹੜੇ ਉੱਚੇ ਬੁੰਗੇ ਵਾਲੇ ਦਮਾਲੇ ਹੁੰਦੇ ਸੀਗੇ ਪਹਿਲੇ ਇਦਰੋਂ ਸ਼ੁਰੂ ਹੁੰਦਾ ਸੀ ਵੱਡਾ ਚੱਕਰ ਫਿਰ ਉਸ ਤੋਂ ਛੋਟਾ ਉਸ ਤੋਂ ਛੋਟਾ ਉਸ ਤੋਂ ਛੋਟਾ ਤਾਂ ਜਿਹੜੇ ਟੌਪ ਤੇ ਚੱਕਰ ਲੱਗਦੇ ਸੀ ਉਹ ਐਦਾਂ ਦੇ ਚੱਕਰ ਹੁੰਦੇ ਸੀ ਛੋਟੇ-ਛੋਟੇ ਸੋ ਜਿਹੜਾ ਵਾਰ ਆਂਦਾ ਸੀ ਕਿਰਪਾਨ ਦਾ ਕਿਸੇ ਵੀ ਕਿਰਪਾਨ ਦਾ ਵਾਰ ਜਾਂ ਫਿਰ ਹੋਰ ਕੋਈ ਐਧਾ ਦੇ ਸ਼ਸਤਰ ਦਾ ਵਾਰ ਉਹ ਇਹ ਰੋਕ ਲਿੰਦੇ ਸੀ ਕਿਉਂਕਿ ਆੜਤ ਵਾਲੇ ਦਾ ਸਾਰਾ ਲੋਹਾ ਹੀ ਹੁੰਦਾ ਸੀਗਾ ਤੇ ਜਦੋਂ ਲੋੜ ਪਵੇ ਤਾਂ ਇਹ ਚੱਕਰ ਕੱਢ ਕੇ ਸਿੰਘ ਦੁਸ਼ਮਣ ਦੇ ਮਾਰਦੇ ਵੀ ਸੀ ਉਸ ਨੂੰ ਮਾਰਨ ਲਈ ਤੇ ਸਿੰਘ ਇਹਨੂੰ ਦੁਮਾਲਾ ਸਾਹਿਬ ਤੇ ਵੀ ਸਜਦੇ ਸੀ ਜਦੋਂ ਮਾਰਨਾ ਹੁੰਦਾ ਸੀ ਹੁਣ ਇਹ ਅਸਤਰ ਵੀ ਐ ਸ਼ਸਤਰ ਵੀ ਐ ਸ਼ਸਤਰ ਜਿਹੜਾ ਹੱਥ 'ਚ ਫੜ ਕੇ ਆਪਾਂ ਮਾਰਦੇ ਆਂ ਅਸਤਰ ਹੁੰਦਾ ਜਿਹੜਾ ਆਪਾਂ ਛੱਡ ਕੇ ਮਾਰਦੇ ਆਂ ਹੁਣ ਸੋ ਆਜ ਚੱਕਰ ਹੈਗਾ ਜੀ ਤੁਸੀਂ ਦੇਖਿਆ ਹੁਣ ਸਿੰਘ ਦਮਾਲੇ ਤੇ ਚੱਕਰ ਸਜਾਉਂਦੇ ਨੇ ਐਦਾਂ ਸੋ ਜਿਹੜੇ ਸਿੰਘ ਉੱਚੇ ਬੂੰਗੇ ਵਾਲੇ ਦਮਾਲੇ ਸੋ ਜਾਂਦੇ ਸੀਗੇ ਨਾ ਤਾਂ ਉਹਨਾਂ ਦੇ ਜਿਹੜੇ ਚੱਕਰ ਹੁੰਦੇ ਸੀਗੇ ਸੋ ਉਹ ਚੱਕਰ ਲੱਗਦੇ ਸੀ ਲੇਅਰ ਲੱਗਦੇ ਸੀ ਅੱਜ ਦਾ 10-10 ਚੱਕਰ ਲਾਉਂਦੇ ਸੀਗੇ ਇੱਕ ਪਹਿਲੇ ਸਭ ਤੋਂ ਵੱਡਾ ਚੱਕਰ ਇੱਥੇ ਉਸ ਤੋਂ ਛੋਟਾ ਉਸ ਤੋਂ ਛੋਟਾ ਉਸ ਤੋਂ ਛੋਟਾ ਉਸ ਤੋਂ ਛੋਟਾ ਉੱਚੇ ਬੂੰਗੇ ਵਾਲੇ ਦਮਾਲੇ ਹੁੰਦੇ ਸੀਗੇ ਤਾਂ ਉੱਤੇ ਚੱਕਰ ਸਜਾਉਂਦੇ ਸੀਗੇ 10-10 ਚੱਕਰ ਸਜਾਉਂਦੇ ਸੀ ਤੇ ਇਹ ਵਾਲੇ ਜਿਹੜੇ ਚੱਕਰ ਤੁਹਾਨੂੰ ਦਿਖਾਏ ਆ ਟੌਪ ਤੇ ਲੱਗਦੇ ਸੀ ਬੂੰਗੇ ਤੇ ਤੇ ਜਿਹੜੇ ਇਸ ਤੋਂ ਵੀ ਵੱਡੇ ਚੱਕਰ ਹੁੰਦੇ ਸੀ ਉਸ ਸਿੰਘ ਗਲਚੇ ਵੀ ਪਾ ਲੈਂਦੇ ਹੁੰਦੇ ਸੀਗੇ ਤਾਂ ਇਹ ਦਮਾਲਾ ਸਾਹਿਬ ਨੂੰ ਜਿਹੜਾ ਕਿਰਪਾਨ ਦਾ ਵਾਰ ਆਂਦਾ ਸੀ ਤਾਂ ਰੋਕਦੇ ਵੀ ਸੀਗੇ ਤੇ ਜਦੋਂ ਲੋੜ ਪੈਂਦੀ ਸੀਗੀ ਤਾਂ ਇਹ ਅਸਤਰ ਵੀ ਸੀ ਸ਼ਸਤਰ ਵੀ ਸੀ ਤਿੱਖੇ ੱਡੇ ਹੁੰਦੇ ਸੀ ਕਿ ਇਹਨੂੰ ਐਦਾ ਐਦਾ ਕਰਕੇ ਵੀ ਲੜਾਈ ਕਰਦੇ ਸੀਗੇ ਤੇ ਜਦੋਂ ਇਹਨੂੰ ਛੱਡ ਕੇ ਮਾਰਨਾ ਹੁੰਦਾ ਸੀ ਉਦੋਂ ਛੱਡ ਕੇ ਵੀ ਮਾਰਦੇ ਸੀ ਨਿਸ਼ਾਨਾ ਲਾਉਂਦੇ ਸੀ ਸਿੰਘ ਸੋ ਹੁਣ ਤੁਹਾਨੂੰ ਦਰਸ਼ਨ ਕਰਾਨੇ ਆ ਜੀ ਜਿਹੜੇ ਦਮਾਲੇ ਦੇ ਉੱਤੇ ਸ਼ਸਤਰ ਸਜਾਈ ਜਾਂਦੇ ਨੇ ਸੋ ਸਿੰਘ ਤੁਸੀਂ ਆਮ ਦੇਖੇ ਹੋਣਗੇ ਅੰਨ੍ਹੰਗ ਸਿੰਘਾ ਦੇ ਦਮਾਲਿਆਂ ਤੇ ਸ਼ਸਤਰ ਲੱਗੇ ਹੁੰਦੇ ਨੇ ਸੋ ਇੱਕ ਦਾ ਸ਼ਸਤਰ ਹੁੰਦੇ ਨੇ ਪੰਜ ਕਲਾ ਸ਼ਸਤਰ ਜਾਂ ਫਿਰ ਉਹਨਾਂ ਨੂੰ ਕਹਿੰਦੇ ਕੇਸੀ ਸ਼ਸਤਰ ਉਹ ਦਮਾਲਾ ਸਾਹਿਬ ਦੇ ਅੰਦਰ ਸਜਾਈ ਜਾਂਦੇ ਨੇ ਜਦੋਂ ਆਪਾਂ ਬੁੰਗਾ ਸਜਾਉਂਦੇ ਆ ਉਸ ਟਾਈਮ ਉਹ ਵੀ ਕਿਸੇ ਦਿਨ ਆਪਾਂ ਦਰਸ਼ਨ ਕਰਾਵਾਂਗੇ ਤੁਹਾਨੂੰ ਉਹਦੇ ਬਾਰੇ ਵਿਚਾਰ ਕਰਾਂਗੇ ਤਾਂ ਹੁਣ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਦਰਸ਼ਨ ਕਰਾਉਣ ਦੀ ਜਿਹੜੇ ਸ਼ਸਤਰ ਆਪਾਂ ਦਮਾਲਾ ਸਾਹਿਬ ਦੇ ਉੱਤੇ ਸਜਾਉਂਦੇ ਆ ਸੋ ਸ਼ਸਤਰਾਂ ਦੇ ਬੜੇ ਨਾਮ ਹੁੰਦੇ ਨੇ ਆ ਛੋਟੇ-ਛੋਟੇ ਸ਼ਸਤਰ ਨੇ ਦੇਖੋ ਜੀ ਇਹਨੂੰ ਜਮਦਾੜ ਕਿਹਾ ਜਾਂਦਾ ਜੀ ਇਹਦੇ ਹੋਰ ਵੀ ਨਾਮ ਹੁੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਜੀ ਇਹਨੂੰ ਸਫਾ ਜੰਗ ਕਹਿੰਦੇ ਨੇ ਇਹਨੂੰ ਵਰਛਾ ਕਹਿ ਸਕਦੇ ਹੋ ਜਾਂ ਫਿਰ ਤੀਰ ਕਹਿ ਸਕਦੇ ਹੋ ਛੋਟੇ ਜਿਹੇ ਸ਼ਸਤਰ ਹੁੰਦੇ ਨੇ ਸੋ ਇਹ ਦੇਖ ਸਕਦੇ ਹੋ ਜੀ ਨਾਗਣੀ ਹੈ ਜੀ ਛੋਟੀ ਨਾਗਣੀ ਹੈ ਜੀ ਦਮਾਲ ਇਹ ਉਹੀ ਨਾਗਣੀ ਹੈ ਜੀ ਜਿਹੜੀ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਦੇ ਮੱਥੇ 'ਚ ਮਾਰੇ ਸੀ ਤੇ ਇਹ ਛੋਟਾ ਸ਼ਸਤਰ ਹੈ ਸਜਾਣ ਵਾਲਾ ਦਮਾਲਾ ਸਾਹਿਬ 'ਚ ਤੇ ਉਹ ਨਾਗਣੀ ਹੁੰਦੀ ਸੀ ਜਿਹੜੀ ਮਾਰੀ ਸੀ ਤੁਹਾਨੂੰ ਜੇ ਨਾ ਪਤਾ ਹੋਵੇ ਨਾਗਣੀ ਕੀ ਹੁੰਦੀ ਹੈ ਸੋ ਨਾਗਣੀ ਐਦਾ ਦੀ ਦਿਖਦੀ ਹੈ ਏ ਵੀ ਤੁਸੀਂ ਤੀਰ ਕਹਿ ਲੋ ਜਾਂ ਬਰਛਾ ਕਹਿ ਲੋ ਇਹ ਦਮਾਰਾ ਸਾਹਿਬ ਤੇ ਸਜਾਣ ਵਾਲਾ ਸ਼ਸਤਰ ਹੈਗਾ ਜੀ ਆਖ ਖੰਡਾ ਹੈਗਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਤੁਸੀਂ ਦੇਖਿਆ ਹੋਣਾ ਬਾਬਾ ਦੀਪ ਸਿੰਘ ਜੀ ਦਾ ਖੰਡਾ ਜਿਹੜਾ ਤੁਹਾਨੂੰ ਦੇਖਿਆ ਹੋਣਾ ਸੋ ਇਹ ਹੁੰਦਾ ਜੀ ਖੰਡਾ ਅਸਲੀ ਹੈ ਛੋਟਾ ਜਿਹੜਾ ਹੈਗਾ ਸ਼ਸਤਰ ਹੈਗਾ ਦਮਾਰਾ ਸਾਹਿਬ ਤੇ ਸਜਾਣ ਵਾਲਾ ਇਹ ਜੀ ਨੂੰ ਇਹ ਗੰਡਾਸਾ ਵੀ ਕਿਹਾ ਜਾਂਦਾ ਟਕੂਆ ਵੀ ਕਿਹਾ ਜਾਂਦਾ ਤਬਰ ਵੀ ਕਿਹਾ ਜਾਂਦਾ ਵੈਸ਼ ਸ਼ਸਤਰਾਂ ਦੇ ਬੜੇ ਨਾਮ ਹੁੰਦੇ ਆ ਸਾਰੇ ਸ਼ਸਤਰਾਂ ਦੇ ਅਲੱਗ-ਅਲੱਗ ਨਾਮ ਨੇ ਇੱਥੇ ਲਾਇਆ ਜਾਂਦਾ ਦੇਖੋ ਫੋਰ ਆ ਗੰਡਾਸਾ ਹੈਗਾ ਜਾਂ ਫਿਰ ਤਬ ਸਫਾ ਜੰਗ ਹੈ ਇਹਨੂੰ ਵੀ ਸਾਈਡਾਂ ਤੇ ਲਾਇਆ ਜਾਂਦਾ ਹੁਣ ਜੀ ਏਸੀ ਜੀ ਦਿਮਾਲੇ ਦੇ ਦਿਮਾਲੇ ਦੇ ਉੱਤੇ ਜਿਹੜੇ ਸ਼ਸਤਰ ਲੱਗਦੇ ਨੇ ਛੋਟੇ-ਛੋਟੇ ਸੋ ਇਹ ਜਿਹੜੇ ਸ਼ਸਤਰ ਹੁੰਦੇ ਨੇ ਜੀ ਤਿੱਖੇ ਹੁ ਰੱਖਦੇ ਆ ਸਿੰਘ ਹੁਣ ਤਾਂ ਸਟੀਲ ਵਾਲੇ ਆਣ ਲੱਗੇ ਉਹ ਉਹ ਜਿਹੜੇ ਸ਼ਸਤਰ ਨੇ ਉਹ ਮर्यादा 'ਚ ਨਹੀਂ ਆ ਸ਼ਰਬਲੋ ਦੇ ਸ਼ਸਤਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਰੱਖਣ ਨੂੰ ਕਿਹਾ ਸੋ ਆਪਾਂ ਉਹਨਾਂ ਦੀ ਗੱਲ ਮੰਨੀ ਤੇ ਸ਼ਰਬਲੋ ਦੇ ਸ਼ਸਤਰ ਰੱਖੇਦੇ ਹੁੰਦੇ ਆ ਜਦੋਂ ਸਿੰਘਾਂ ਨੂੰ ਲੋਡ ਪੈਂਦੀ ਸੀ ਪਹਿਲੇ ਜੰਗ ਹੁੰਦੀਆਂ ਸੀ ਜਦੋਂ ਜਦੋਂ ਸ਼ਸਤਰ ਟੁੱਟ ਜਾਂਦੇ ਸੀ ਜਦੋਂ ਜਾਂ ਫਿਰ ਆ ਕੋਲ ਦੀ ਲੜਾਈ ਹੁੰਦੀ ਸੀਗੀ ਨੇੜੇ ਦੀ ਉਦੋਂ ਸਿੰਘ ਸੋ ਲੋਡ ਪੈਂਦੀ ਸ਼ਸਤਰ ਕੰਮ ਆਉਂਦੇ ਸੀ ਤਿੱਖੇ ਰੱਖਦੇ ਸੀ ਸਿੰਘ ਹੁਣ ਵੀ ਤਿੱਖੇ ਰੱਖਦੇ ਆ ਤੇ ਜਦੋਂ ਲੋਡ ਪੈਂਦੀ ਸੀ ਫਿਰ ਇਹ ਵੀ ਇਹਨਾਂ ਦੀ ਵੀ ਵਰਤੋਂ ਹੁੰਦੀ ਸੀ ਸੋ ਜਿੰਨਾਂ ਨੂੰ ਲੱਗਦਾ ਹੈਗਾ ਕਿ ਛੋਟਾ ਸ਼ਸਤਰ ਨਾਲ ਕਿਵੇਂ ਕੋਈ ਲੜ ਸਕਦਾ ਹੈ ਸੋ ਉਹਨਾਂ ਨੂੰ ਮੈਂ ਇੱਕ ਹੋਰ ਸ਼ਸਤਰ ਦਿਖਾਨਾ ਆ ਵੇਖੋ ਜੀ ਆ ਸ਼ਸਤਰ ਤੁਸੀਂ ਦੇਖ ਸਕਦਾ ਜੀ ਜੰਗੀ ਸ਼ਸਤਰ ਹੈਗਾ ਇਹ ਜਿਹੜਾ ਹੈਗਾ ਇਹਨੂੰ ਐਦਾਂ ਫੜਿਆ ਜਾਂਦਾ ਹੈ ਇਹਨੂੰ ਬੋਲੇ ਜਾਂਦਾ ਨੈਕ ਡੈਗਰ ਜਾਂ ਫਿਰ ਉਹਨੂੰ ਨਕਲ ਡੈਗਰ ਵੀ ਬੋਲੇ ਜਾਂਦਾ ਸੋ ਨੇੜੇ ਦੀ ਜਿਹੜੀ ਜੰਗ ਹੁੰਦੀ ਹੈ ਉਸ 'ਤੇ ਇਹ ਚੱਲਦਾ ਹੈ ਐਦਾਂ ਐਦਾਂ ਕਰਕੇ ਸੋ ਇਹ ਛੋਟਾ ਸ਼ਸਤਰ ਜਿੰਨਾ ਛੋਟਾ ਲੱਗਦਾ ਹੈ ਨਾ ਉਹ ਇਹ ਉਹਨਾਂ ਜੰਗੀ ਹੈਗਾ ਆ ਦੇਖ ਲਓ ਜੀ ਤੁਸੀਂ This is so bad.